ਸਤਿ ਸ਼੍ਰੀ ਅਕਾਲ ਬੀ ਬੀ ਸੀ ਨਿਊਜ਼ ਪੰਜਾਬੀ 'ਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ ਪ੍ਰਭਜੀਤ ਸਿੰਘ, ਸੀਨੀਅਰ ਜਰਨਲਿਸਟ, ਜਿਹੜੇ ਦ ਕੈਰਵੈਨ ਮੈਗਜ਼ੀਨ ਲਈ ਕੰਮ ਕਰਦੇ ਨੇ। ਇਹਨਾਂ ਨੇ ਕਾਫੀ ਦਿਨਾਂ ਤੋਂ ਨਾਰਥ ਈਸਟ ਦਿੱਲੀ ਦੇ ਵਿੱਚ ਹੋਏ, ਹਾਲ ਹੀ ਵਿੱਚ ਹੋਏ ਦੰਗਿਆਂ ਦਾ ਬਹੁਤ ਸਾਰਾ ਤਫਸੀਲ ਨਾਲ ਰਿਪੋਰਟਿੰਗ ਕੀਤੀ, ਤੇ ਉਸ ਦੌਰਾਨ ਹੀ ਜਦੋਂ ਇਹ ਹਾਲ ਹੀ ਵਿੱਚ ਉੱਥੇ ਗਏ ਤਾਂ ਇਹਨਾਂ ਉੱਤੇ ਕਥਿਤ ਤੌਰ 'ਤੇ ਇੱਕ ਹਮਲਾ ਹੋਇਆ। ਪਹਿਲਾਂ ਇਹ ਕਿ ਉਸ ਦਿਨ ਘਟਨਾ ਕੀ ਹੋਈ ਤੇ ਰਿਪੋਰਟਿੰਗ ਦੇ ਵਿੱਚ ਕੀ ਮੁਸ਼ਕਲਾਂ ਆ ਰਹੀਆਂ ਨੇ? ਜਿਸ ਤਰ੍ਹਾਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ 5 ਅਗਸਤ ਨੂੰ ਅਯੋਧਿਆ 'ਚ ਜਦੋਂ ਇਹ ਸਾਰਾ ਪੌਂਕਣ ਜੋ ਹੋਇਆ, ਜਦੋਂ ਫਾਊਂਡੇਸ਼ਨ ਸਟੋਨ ਰਾਮ ਮੰਦਿਰ ਦਾ ਉੱਥੇ ਰੱਖਿਆ ਜਾ ਰਿਹਾ ਸੀ, ਕੁਛ ਲੜਕਿਆਂ ਨੇ ਉਸ ਮੁਹੱਲੇ 'ਚ ਕਾਫੀ ਸ਼ਰਾਰਤ ਕੀਤੀ, ਕਾਫੀ ਜ਼ਿਆਦਾ। ਬੇਸਿਕਲੀ ਉਹਨਾਂ ਨੇ ਜਿਹੜਾ ਉਹਨਾਂ ਦਾ ਸੈਫਰਨ ਫਲੈਗ ਹੈਗਾ ਉਹ ਇੱਕ ਜਿਹੜੀ ਮੁਸਲਮਾਨਾਂ ਦੀ ਜਿਹੜੀ ਮਸਜਿਦ ਵਾਲੀ ਗਲੀ ਸੀ ਉਸਦੇ ਗੇਟ 'ਤੇ ਲਗਾ ਦਿੱਤਾ ਰਾਤ ਨੂੰ 1 ਵਜੇ ਆ ਕੇ। ਤੇ ਅਕੋਰਡਿੰਗ ਟੂ ਦਾ ਕੰਪਲੇਂਟ, ਜਿਹੜੀ ਉੱਥੇ ਦੇ ਜਿਹੜੇ ਲੋਕ ਨੇ, ਜਿਹੜੇ ਗਲੀ ਨੰਬਰ 1 ਤੇ ਜਿਹੜੀ ਮੁਸਲਿਮ ਫੈਮਿਲੀਜ਼ ਹੈ, ਉਹਨਾਂ ਨੇ ਰਿਟਨ ਕੰਪਲੇਂਟ ਕੀਤੀ ਹੈਗੀ ਹੈ ਉਹਦੀ। ਉਹ ਇਟ ਇਜ਼ ਇਨ ਦ ਫਾਰਮ ਆਫ ਦ DDR ਆਲਸੋ, ਝੰਡਾ ਲਾ ਕੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਸਲੋਗਨਿੰਗ ਕੀਤੀ ਜੈ ਸ਼੍ਰੀ ਰਾਮ ਕਹਿ ਕੇ, ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਚੈਲੰਜ ਕੀਤਾ ਕਿ ਮੁੱਲੋ ਬਾਹਰ ਆਓ। ਐਂਡ ਇਹ ਜਿਹੜਾ ਘਟਨਾ ਜਿਹੜੀ ਸਾਡੀ ਹੋਈ ਹੈ ਉਹ 11 ਤਰੀਕ ਨੂੰ ਹੋਈ ਹੈ, ਜਦੋਂ ਅਸੀਂ ਇਸੇ ਸੰਦਰਭ ਵਿੱਚ ਉੱਥੇ ਸਟੋਰੀ ਕਰਨ ਲਗਾਤਾਰ ਜਾ ਰਹੇ ਸੀ। 11 ਤਰੀਕ ਨੂੰ ਅਸੀਂ ਜਦੋਂ ਜਿਹੜੇ ਹਿੰਦੂ ਦੀ ਜਿਹੜੀ ਗਲੀ ਹੈਗੀ ਸੀ ਉਹਦੇ 'ਚ ਅਸੀਂ ਖੜੇ ਸੀ, 2 ਬੰਦੇ ਇਧਰੋਂ ਨਿਕਲੇ, 4 ਬੰਦੇ ਦੂਜੇ ਪਾਸਿਓਂ ਨਿਕਲੇ, ਤੇ ਉਹਨਾਂ ਨੇ ਇੱਕਦਮ ਸ਼ਾਊਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਇਹ ਤੁਮ ਕਿਆ ਕਰ ਰਹੇ ਹੋ, ਬੰਦ ਕਰੋ ਇਸਕੋ। ਜਦੋਂ ਅਸੀਂ ਉਹਨਾਂ ਨੂੰ ਦੱਸਿਆ ਤੁਹਾਡੇ ਕੋਲ ਵੀ ਆਏ ਹੈਗੇ ਆ, ਬਈ ਤੁਸੀਂ ਦੱਸੋ ਤੁਹਾਡਾ ਕੀ ਕਹਿਣਾ ਹੈਗਾ ਇਸ ਬਾਰੇ, ਕਹਿੰਦੇ ਸਾਡਾ ਕੁਛ ਕਹਿਣਾ ਕੁਣਾ ਨਹੀਂ ਹੈਗਾ। ਤਕਰੀਬਨ 15 ਮਿੰਟ ਬਹਿਸ ਚੱਲ ਰਹੀ, ਉਸ ਤੋਂ ਬਾਅਦ ਉਹਨਾਂ ਨੇ ਆਈ ਕਾਰਡ ਮੰਗਿਆ, ਬਈ ਆਈ ਕਾਰਡ ਦਿਖਾਓ। ਜਦੋਂ ਹੀ ਉਹਨਾਂ ਨੇ ਆਈ ਕਾਰਡ ਦੇਖਿਆ ਦੇਖਿਆ ਕਿ ਉਸ ਤੋਂ ਬਾਅਦ ਉਹ ਹੋਰ ਐਗਰੈਸਿਵ ਹੋ ਗਏ। ਉਹ ਮੁਸਲਿਮ ਹੈ ਫਰੋਮ ਕਸ਼ਮੀਰ, ਸਾਡੇ ਵੀਡੀਓ ਐਡੀਟਰ ਹੈਗੇ ਨੇ ਸ਼ਾਹਿਦ ਤਾਂਤਰੇ, ਤੇ ਮੈਂ ਡੈਲੀਬਰੇਟਲੀ ਉਦੋਂ ਉਹਨੂੰ ਸਾਗਰ ਸਾਗਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਚਲੋ ਛੋੜੋ ਸਾਗਰ, ਚੱਲਦੇ ਹਾਂ ਤੇ ਛੋੜੋ। ਤੋ ਇਸ ਲੇਡੀ ਦੀ ਆਵਾਜ਼ ਆਈ, ਨਹੀਂ ਇਹ ਸਾਗਰ ਨਹੀਂ ਹੈ, ਇਹ ਸਾਗਰ ਨਹੀਂ ਹੈ, ਇਹ ਇਸਕਾ ਆਈ ਕਾਰਡ ਦੇਖੋ। ਤੇ ਉਹ ਆਈ ਕਾਰਡ ਦੇਖਿਆ ਉਹਨਾਂ ਨੇ, ਫਿਰ ਉਸ ਤੋਂ ਬਾਅਦ ਮੈਨੂੰ ਇੱਕਦਮ ਇਹਦੇ ਆਪਣੇ ਸ਼ਾਹਿਦ ਦੇ ਮੂਹਰੇ ਮੈਨੂੰ ਖਲੋਣਾ ਪਿਆ, ਤੇ ਜਿਸ ਤਰ੍ਹਾਂ ਵੀ ਹੱਥ ਆ ਰਹੇ ਸੀ, ਕੋਈ ਸੱਜਿਓ ਮਾਰ ਰਿਹਾ ਸੀ, ਕੋਈ ਖੱਬਿਓ ਮਾਰ ਰਿਹਾ ਸੀ, ਮੈਂ ਜਿੰਨਾਂ ਨੂੰ ਰੋਕ ਸਕਿਆ ਮੈਂ ਰੋਕਿਆ ਆਪਣੇ ਹੱਥ ਨਾਲ। ਨੰਬਰ 1, ਮੈਂ ਗੈਰ ਮੁਸਲਿਮ ਸੀ, ਬੇਸਿਕਲੀ ਮੁਸਲਮਾਨ ਉਹਨਾਂ ਦੇ ਟਾਰਗੇਟ ਹੈਗੇ ਆ। ਮੈਨੂੰ ਇਹ ਲੱਗਦਾ ਹੈ ਜੇ ਇਹਨੂੰ ਡੀਪਲੀ ਅਸੀਂ ਦੇਖੀਏ, ਜੇ ਮੈਂ ਬਤੌਰ ਗੈਰ ਮੁਸਲਿਮ ਉਹਦੇ ਨਾਲ ਨਾ ਹੁੰਦਾ ਉੱਥੇ, ਤੇ ਸਿਚੁਏਸ਼ਨ ਬਹੁਤ ਡਿਫਰੈਂਟ ਹੋਣੀ ਸੀ। ਇਹ ਬੇਸਿਕਲੀ ਮੈਂ ਸੋਚ ਲਿਆ ਸੀ ਕਿ ਇਹ ਮੇਰੇ ਲਈ ਡੂ ਔਰ ਡਾਈ ਵਾਲੀ ਗੱਲ ਹੈਗੀ ਹੈ। ਉੱਥੇ 2 ਪੁਲਿਸ ਵਾਲੇ ਬੰਦੇ ਆ ਗਏ, ਪੁਲਿਸ ਵਾਲੇ ਦੇ ਸਾਹਮਣੇ ਵੀ ਉਹ ਹੱਥ ਚੁੱਕ ਰਹੇ ਸਨ, ਇਹ ਸਾਰਾ ਪੁਲਿਸ ਵਾਲੇ ਦੇ ਸਾਹਮਣੇ ਹੋਇਆ। ਲੇਕਿਨ ਉਹ ਉਹਨਾਂ ਦਾ ਇਹੀ ਸੀ ਬਈ ਅਸੀਂ ਇਹਨਾਂ ਨੂੰ ਇੱਥੋਂ ਲੈ ਜਾਈਏ, ਇਹ 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 ਭੀੜ ਜਿਹੜੀ ਹੈ, ਇਹ ਜਿਹੜੇ ਲੋਕ ਨੇ ਜਿਹੜੇ ਇਸ ਗਲੀ ਦੇ, ਇਹ ਸਾਡੇ ਵਸ 'ਚ ਨਹੀਂ ਹੈਗੇ। ਅੱਛਾ, ਜਿਹੜੀ ਤੁਹਾਡੇ ਨਾਲ ਫੀਮੇਲ ਜਰਨਲਿਸਟ ਸੀ, ਆਪਾਂ ਉਹਨਾਂ ਦਾ ਨਾਮ ਨਹੀਂ ਲਵਾਂਗੇ ਕਿਉਂਕਿ ਉਹਨਾਂ ਨੇ ਸੈਕਸੁਅਲ ਹਰਾਸਮੈਂਟ ਦੀ ਕੰਪਲੇਂਟ ਪਾਈ ਹੈ, ਤੇ ਕਾਨੂੰਨੀ ਤੌਰ ਤੇ ਸਾਨੂੰ ਉਹਨਾਂ ਦੀ ਆਇਡੈਂਟੀ ਨਹੀਂ ਰਿਵੀਲ ਕਰਨੀ ਚਾਹੀਦੀ, ਤੇ ਉਹਨਾਂ ਨਾਲ ਕੀ ਘਟਨਾ ਵਾਪਰੀ, ਉਹਦੇ ਉਹਨਾਂ ਉਹਦੀ ਤੁਹਾਨੂੰ ਕੀ ਇਨਫੋਰਮੇਸ਼ਨ ਹੈ? ਜਦੋਂ ਇਹ ਸਾਰਾ ਰੌਲਾ ਪੈ ਰਿਹਾ ਸੀ ਤਾਂ ਜੋ 30-40 ਬੰਦੇ ਹੋ ਗਏ ਸਨ ਸਟਾਰਟਿੰਗ ਵਿੱਚ, ਉਹ ਉੱਥੋਂ ਗੇਟ ਤੋਂ ਬਾਹਰ ਜਾ ਚੁੱਕੀ ਸੀ। ਦੂਸਰਾ ਹੀ ਉਹ ਉੱਥੋਂ ਨੱਠੀ ਤੇ ਉਹ ਡਿੱਗੀ, ਤੇ ਇੱਕ ਕੋਈ ਮਿਡਲ ਏਜ ਮੈਨ, ਉਹਨੇ ਧੋਤੀ ਚੋਂ ਆਪਣੇ ਆਪ ਨੂੰ ਐਕਸਪੋਜ਼ ਕੀਤਾ, ਐਕਸਪੋਜ਼ ਕਰਕੇ ਤੇ ਉਹਨੇ ਪੂਰਾ ਇੱਦਾਂ ਅਸ਼ਲੀਲਤਾ ਨਾਲ ਉਹਨੂੰ ਇਹ ਇਸ਼ਾਰਾ ਕੀਤਾ, ਤੇ ਉਹ ਹੋਰ ਡਿਟੇਲ ਸਾਰਾ ਕੰਪਲੇਂਟ ਉਹ ਮੇਰੀ ਕੁਲੀਗ ਨੇ ਲਿਖਿਆ ਹੈਗਾ। ਜੇ ਮੈਂ ਤੁਹਾਡੀ ਗੱਲ ਠੀਕ ਸਮਝਿਆ, ਤੁਹਾਨੂੰ ਉਸ ਵੇਲੇ ਜਰਨਲਿਸਟ ਜਾਂ ਨਾਗਰਿਕ ਨਹੀਂ ਸਮਝਿਆ ਗਿਆ, ਤੁਹਾਨੂੰ ਤੁਹਾਡੀ ਰਿਲੀਜੀਅਸ ਆਇਡੈਂਟੀ ਤੇ ਘਟਾ ਕੇ ਸਿਰਫ ਉਹਨਾਂ ਬਣਾ ਦਿੱਤਾ ਗਿਆ, ਇਹ ਤੁਸੀਂ ਪਹਿਲਾਂ ਕਦੇ ਰਿਪੋਰਟਿੰਗ ਕਰਦੇ ਹੋਏ ਫੀਲ ਕੀਤਾ ਹੈ? ਜ਼ਿਆਦਾਤਰ ਟੈਨਿਓਰ ਮੇਰਾ ਜਰਨਲਿਜ਼ਮ ਦਾ ਪੰਜਾਬ ਵਿੱਚ ਰਿਹਾ ਹੈਗਾ, ਲੇਕਿਨ ਪੰਜਾਬ ਵਿੱਚ ਵੀ ਕੀ ਕਿਤੇ ਹੋਰ ਵੀ, ਮੈਂ ਪਿਛਲੇ 1 ਸਾਲ ਤੋਂ ਪਹਿਲਾਂ ਮੈਨੂੰ ਨਹੀਂ ਲੱਗਿਆ, ਮੈਂ ਨਾ ਅਸੀਂ ਕਦੇ ਸੁਣਿਆ ਕਿ ਜਰਨਲਿਸਟ ਨੂੰ
ਬਤੌਰ ਰਿਲੀਜਨ ਰਿਲੀਜਨ ਨੂੰ ਆਈਡੈਂਟੀਫਾਈ ਕਰਕੇ ਜਰਨਲਿਸਟ ਨੂੰ ਵੀ ਟਾਰਗੇਟ ਕਰਦੇ ਹੋਣ ਲੋਕ, ਇਹ ਮੈਂ ਪਹਿਲੀ ਵਾਰ ਦੇਖੀ ਵੀ ਇਹ ਵੀ ਕੰਮ ਜਿਹੜਾ ਇੱਥੇ ਦਿੱਲੀ 'ਚ ਹੋ ਰਿਹਾ। ਤੇ ਇੱਕ ਗੱਲ ਮੈਂ ਹੋਰ ਜ਼ਰੂਰ ਮੈਂ ਕਹਿਣਾ ਚਾਹਾਂਗਾ, ਇੰਟਰ ਸਿਚੁਏਸ਼ਨ ਇਹ ਹੈ, ਮੀਡੀਆ ਤੇ ਤਾਂ ਹਮਲੇ ਹੁੰਦੇ ਆ ਰਹੇ ਨੇ, ਮੀਡੀਆ ਨੂੰ ਚੈਲੇਂਜਸ ਫੇਸ ਕਰਨੇ ਪੈ ਰਹੇ ਨੇ ਸ਼ੁਰੂ ਤੋਂ। ਜਿਹੜੀ ਡੇਂਜਰਸ ਸਿਚੁਏਸ਼ਨ ਆਰਿਸ਼ ਇਸ ਵੇਲੇ ਇਹ ਹੈ ਨਾ ਕਿ ਦੱਸ ਕੇ ਇਹ ਕਲੇਮ ਕਰ ਦੇਣਾ ਕਿ ਮੈਂ ਫਲਾਣੀ ਪਾਰਟੀ ਦਾ ਆਫਿਸ ਗਿਰਰ ਹੈਗਾ, ਔਰ ਫਿਰ ਹੋਰ ਕੁੱਟਣਾ ਕਿ ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ, ਔਰ ਪੁਲਿਸ ਦੇ ਆਉਣ ਤੇ ਵੀ ਇਹ ਕੰਮ ਜਾਰੀ ਰੱਖਣਾ, ਉਹ ਖਤਰਨਾਕ ਗੱਲ ਹੈ। ਇੱਥੇ ਮੈਂ ਲੈ ਕੇ ਆਉਣਾ ਚਾਹੁੰਦਾ, ਮੈਂ ਉੱਥੇ ਦੇ ਭਜਨਪੁਰਾ ਦੇ ਜਿਹੜੇ ਇਲਾਕੇ ਦੇ ਵਿੱਚ ਸੁਭਾਸ਼ ਮੁਹੱਲਾ ਸੁਭਾਸ਼ ਵਿਹਾਰ ਪੈਂਦਾ ਹੈ, ਭਜਨਪੁਰਾ ਦੇ SHO ਅਸ਼ੋਕ ਨਾਲ ਮੈਂ ਗੱਲ ਕੀਤੀ ਤੇ ਅਸ਼ੋਕ ਕੁਮਾਰ ਜੀ ਨੇ ਕਿਹਾ ਕਿ ਸਾਡੇ ਕੋਲ ਕਾਊਂਟਰ ਵੀ ਕੰਪਲੇਂਟ ਹੈ ਕਿ ਜਿਹੜੇ ਜਰਨਲਿਸਟ ਨੇ ਇਹ ਉੱਥੇ ਮਾਹੌਲ ਖਰਾਬ ਕਰ ਰਹੇ ਸੀ, ਉੱਥੇ ਜਿਹੜੀ ਉਹ ਰਿਪੋਰਟਿੰਗ ਕਰਨ ਗਏ ਸੀ ਉਹ ਮੁੱਦਾ ਉਹਨਾਂ ਨੇ ਕਿਹਾ ਕਿ ਅਸੀਂ ਬੜੀ ਮੁਸ਼ਕਲ ਨਾਲ ਉੱਥੇ ਜਿਹੜਾ ਹੈ ਸੰਪਰਦਾਵਾਂ ਦਾ ਆਪਸ ਚ ਜਿਹੜਾ ਸੁਹਾਰਦ ਹੈ ਉਹ ਵਾਪਸ ਕਾਇਮ ਕੀਤਾ ਸੀ, ਤੇ ਤੁਹਾਡੇ ਖਿਲਾਫ਼ ਕਹਿੰਦੇ ਕਾਊਂਟਰ ਕੰਪਲੇਂਟ ਵੀ ਹੈ, ਇਸੇ ਕਰਕੇ ਅਸੀਂ ਹਜੇ FIR ਨਹੀਂ ਦਰਜ ਕੀਤੀ, ਦੋਵਾਂ ਪਾਸਿਆਂ ਦੀ ਸਾਡੇ ਕੋਲ ਕੰਪਲੇਂਟ ਜ਼ਰੂਰ ਹੈ, ਤੇ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਤੁਸੀਂ ਵੀ ਉੱਥੇ ਬਦਤਮੀਜ਼ੀ ਕੀਤੀ, ਤੁਸੀਂ ਇਸ ਬਾਰੇ ਕੀ ਕਹੋਗੇ? ਹਾਂ, ਜੇ ਉਹ ਕਹਿੰਦੇ ਹੈਗੇ ਆ ਤੇ ਉਹਨਾਂ ਨੇ ਸਾਨੂੰ ਇਹੋ ਜਿਹੀ ਕੋਈ ਗੱਲ ਸਾਂਝੀ ਨਹੀਂ ਕੀਤੀ। ਸਭ ਤੋਂ ਪਹਿਲੀ ਗੱਲ, ਸਾਡਾ ਜਿਹੜਾ ਮੈਮਰੀ ਕਾਰਡ ਹੈ ਜਿਹੜਾ ਖੋਇਆ ਸੀ ਉਹਨਾਂ ਦੇ ਕੈਮਰੇ ਦੇ ਵਿੱਚੋਂ, ਤੇ ਉਹਨਾਂ ਨੂੰ ਇੱਕਦਮ ਕੋਈ ਵੀ ਇੱਜ਼ਤ ਘੱਟੋ ਘੱਟ ਇੰਨਾ ਤਾਂ ਹੋਣਾ ਚਾਹੀਦਾ ਨਾ ਵੀ ਹਮਾਰੇ ਸਾਥ ਚਲੋ ਕੌਣ ਤਾਂ ਵਹਾਂ ਪੇ ਹਮ ਦੇਖਤੇ ਹੈਂ ਕਿਆ ਬਾਤ ਥੀ, ਫਿਰ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ, ਉਹਨਾਂ ਨੂੰ ਇੱਥੇ ਥਾਣੇ ਲੈ ਕੇ ਆਉਣਾ ਚਾਹੀਦਾ। ਚਲੋ ਦੇਖ ਰਹੇ ਨੇ ਪੁਲਿਸ ਵਾਲੇ ਬਈ ਉਹਨਾਂ ਦੇ ਸਾਹਮਣੇ ਸਾਨੂੰ ਗਾਲਾਂ ਕੱਢ ਰਹੇ ਨੇ, ਅਟੈਕ ਕਰ ਰਹੇ ਨੇ, ਇਹਦੇ ਜੋ ਵਿਟਨੈਸ ਸੀ ਪੁਲਿਸ ਵਾਲੇ ਤਾਂ ਹੈਗੇ ਹੀ ਹੈ, ਜਿਹੜਾ ਕਿ ਟੋਟਲ ਕੰਟਰਡਿਕਸ਼ਨ ਹੈਗੇ, ਜਿਹੜੀ ਉਹਨਾਂ ਦੇ SHO ਦੀ ਆਪਣੀ ਸਟੇਟਮੈਂਟ ਜਿਹੜੀ ਹੈਗੀ ਹੈ ਉਹ ਕੰਟਰਡਿਕਟਰੀ ਸਟੇਟਮੈਂਟ ਹੈ, ਕੰਟਰਡਿਕਟਰੀ ਟੂ ਦ ਪ੍ਰੈਜੈਂਸ ਆਫ ਦ ਟੂ ਪੁਲਿਸ ਵਾਲਾ ਜਿਹੜੇ ਉੱਥੇ ਦੋ ਪੁਲਿਸ ਵਾਲੇ ਹੈਗੇ ਸੀ, ਤੇ ਇਹ ਸਾਰੀਆਂ ਗੱਲਾਂ ਤਾਂ ਉਹਨਾਂ ਨੇ ਦੇਖਣੀਆਂ ਨੇ। ਇੱਥੇ ਗੱਲ ਅੰਡਰਲਾਈਨ ਕਰਦੇ ਹਾਂ ਅਖੀਰ ਤੇ ਤੁਹਾਡੇ ਸਾਹਮਣੇ ਹੀ ਕਿ ਦੋਵਾਂ ਪਾਸਿਆਂ ਦੀ ਕੰਪਲੇਂਟ ਪੁਲਿਸ ਕਹਿੰਦੀ ਹੈ ਸਾਨੂੰ ਰਿਸੀਵ ਹੋਈ ਹੈ, FIR ਜੋ ਵੀ ਤੁਸੀਂ ਮੰਗ ਰਹੇ ਜੇ ਕਿ FIR ਉਹਨਾਂ ਦੇ ਖਿਲਾਫ਼ ਹੋਣੀ ਚਾਹੀਦੀ ਹੈ, ਪੁਲਿਸ ਦਾ ਜੋ ਵਰਸ਼ਨ ਜੋ ਵੀ ਮੈਂ ਦੱਸ ਦਿੱਤਾ। ਪ੍ਰਭਜੀਤ ਜੀ, ਤੁਸੀਂ ਐਜ਼ ਅ ਰਿਪੋਰਟਰ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ, ਜੋ ਵੀ ਤੁਹਾਡੇ ਨਾਲ ਕਥਿਤ ਤੌਰ ਤੇ ਹੋਇਆ ਤੇ ਉਂਝ ਰਿਪੋਰਟਿੰਗ ਵਿੱਚ ਜੋ ਤੁਹਾਨੂੰ ਮੁਸ਼ਕਲਾਂ ਆਈਆਂ ਜਾਂ ਅਗਾਂਹ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ।